ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਜੋ ਟੀਵੀ ਚੈਨਲ ਰਾਹੀਂ ਸਾਡੇ ਨਾਲ ਜੁੜਦੇ ਨੇ ਔਰ ਸਵਾਲ ਭੇਜਦੇ ਨੇ। ਇਸ ਮੰਚ ਨੂੰ ਅਸੀਂ ਸ਼ੁਰੂ ਉਹਨਾਂ ਵਿਦਿਆਰਥੀਆਂ ਲਈ ਕੀਤਾ ਸੀ ਜਿਹੜੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਨੇ। ਦੇਸ਼ ਕੋਈ ਵੀ ਹੋਵੇ, ਇੱਕ ਸਹੀ ਗਾਈਡੈਂਸ, ਇੱਕ ਟਰਾਂਸਪੇਰੈਂਟ ਤਰੀਕੇ ਨਾਲ ਇਨਫੋਰਮੇਸ਼ਨ ਔਰ ਇੱਕ ਪੜ੍ਹਿਆ ਲਿਖਿਆ ਸੂਝਵਾਨ ਕੰਸਲਟੈਂਟ ਬਹੁਤ ਜ਼ਰੂਰੀ ਹੈ ਤੁਹਾਡੇ ਭਵਿੱਖ ਦੇ ਵਿੱਚ ਜਿਹੜੇ ਤੁਸੀਂ ਸੁਪਨੇ ਦੇਖੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ। ਸੋ ਪਿਰਾਮਿਡ ਈ ਸਰਵਿਸਿਸ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਹਨਾਂ ਦਫ਼ਤਰ ਨੇ, ਟਰਾਂਸਪੇਰੈਂਟ ਤਰੀਕੇ ਨਾਲ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਡਾਇਰੈਕਟ ਯੂਨੀਵਰਸਿਟੀ ਕਾਲਜਸ ਨਾਲ ਟਾਈ ਅਪਸ ਨੇ ਔਰ ਹਰ ਇੱਕ ਉਤਾਰ ਚੜ੍ਹਾਅ ਨੂੰ ਉਹਨਾਂ ਨੇ ਇੰਡਸਟਰੀ ਦੇ ਵਿੱਚ ਵੇਖਿਆ ਹੋਇਆ। ਸੋ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਭਵਨੂਰ ਸਿੰਘ ਬੇਦੀ ਜੀ ਦਾ, ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਅੱਜ ਜਿਹੜੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈ ਨਵੇਂ ਰੂਲ ਨੂੰ ਲੈ ਕੇ, ਰੂਲ ਚੇਂਜ ਹੋਣ ਨੂੰ ਲੈ ਕੇ, ਕੀ ਵਾਕਿਆ ਰੂਲ ਚੇਂਜ ਹੋਣ ਜਾ ਰਹੇ ਨੇ, ਜੇ ਹੋਣਗੇ ਤਾਂ ਕਿਸ ਤਰ੍ਹਾਂ ਦੇ ਰੂਲ ਦਾ ਸਾਹਮਣਾ ਕਰਨਾ ਪੈ ਸਕਦਾ? ਸੋ ਸਵਾਗਤ ਕਰਦੇ ਬੇਦੀ ਸਾਹਿਬ, ਬੇਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤਾਂ ਸਾਡੇ ਨਾਲ ਜੁੜੇ ਦੇਸ਼ਾਂ ਵਿਦੇਸ਼ਾਂ ਤੋਂ ਇਸ ਮੰਚ ਰਾਹੀਂ, ਇਸ ਸ਼ੋਅ ਰਾਹੀਂ ਦੇਖ ਰਹੇ ਸਾਰੇ ਸਟੂਡੈਂਟ ਕਮਿਊਨਿਟੀ ਨੂੰ, ਉਹਨਾਂ ਦੇ ਪੇਰੈਂਟਸ ਨੂੰ, ਮੇਰੇ ਯਾਨੀ ਭਵਨੂਰ ਸਿੰਘ ਬੇਦੀ ਵੱਲੋਂ ਪਿਆਰ ਭਰਾ ਸਤਿ ਸ਼੍ਰੀ ਅਕਾਲ। ਔਰ ਡਰ ਜੋ ਵੀ ਡਰ ਹੈ ਇਸ ਵੇਲੇ ਬੱਚਿਆਂ ਦੇ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਮਨੀਸ਼, ਉਹ ਵਾਜਿਬ ਹੈ ਕਿਉਂਕਿ ਸਟੂਡੈਂਟ ਡਾਇਰੈਕਟ ਸਟਰੀਮ ਦੀ ਇੰਪਲੀਮੈਂਟੇਸ਼ਨ ਦੇ ਨਾਲ ਬਹੁਤ ਵੱਡੀ ਇੱਕ ਜਿਹੜੀ ਸਟੂਡੈਂਟ ਦੀ ਇੱਕ ਨੰਬਰ ਸੀ, ਇੱਕ ਲੋਬੀ ਸੀ, ਉਹ ਸ਼ਾਇਦ ਹੁਣ ਕੈਨੇਡਾ ਵਿੱਚ ਨਾ ਜਾ ਪਾਵੇ। ਮੇਰਾ ਕਦੀ ਵੀ ਮਕਸਦ ਇਹਨਾਂ ਮੰਚ 'ਤੇ ਆ ਕੇ, ਇਹਨਾਂ ਸ਼ੋਅਜ਼ ਦੇ ਰਾਹੀਂ ਡਰਾਉਣ ਦਾ ਨਹੀਂ ਹੁੰਦਾ, ਪਰ ਇੱਕ ਜਿਹੜੇ ਤੱਥ ਹੈ, ਜਿਹੜਾ ਸੱਚ ਹੈ, ਉਹਨੂੰ ਪੇਸ਼ ਕਰਨ ਦਾ ਹੁੰਦਾ ਹੈ ਤਾਂ ਕਿ ਸਟੂਡੈਂਟ ਕੰਪੇਅਰ ਕਰ ਸਕਣ ਕਿ ਕੀ ਠੀਕ ਹੈ, ਕੀ ਗਲਤ ਹੈ, ਔਰ ਕਿਹਨੂੰ ਕਿੱਦਾਂ ਆਪੇ ਅੱਗੇ ਆਪਣਾ ਫਿਊਚਰ ਪਲਾਨ ਕਰ ਸਕਦੇ ਹਾਂ। ਸੋ ਐਸ ਡੀ ਐਸ ਦੇ ਰਾਹੀਂ ਅਗਰ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ 6 ਈਚ ਲੈਣ ਵਾਲੇ ਬੱਚੇ 30-35% ਟੋਟਲ, ਅਗਰ ਪੰਜਾਬ ਦੀ ਗੱਲ ਕਰ ਲਈਏ ਤਾਂ ਅਗਰ 100 ਬੱਚੇ 6 ਐਂਡ ਅਬਵ ਲੈ ਪਾਉਂਦੇ ਹੈ ਤਾਂ ਉਹਨਾਂ 'ਚੋਂ ਸਿਰਫ 30 ਬੱਚੇ ਹੀ 6 ਈਚ ਲੈ ਕੇ ਆ ਪਾਉਂਦੇ ਹੈ। ਐਸ ਡੀ ਐਸ ਇੰਪਲੀਮੈਂਟ ਹੋਣ ਦੇ ਨਾਲ 70% ਉਹ ਵਾਲੇ ਵਿਦਿਆਰਥੀ ਐਸ ਡੀ ਐਸ ਦੇ ਅਧੀਨ ਅਪਲਾਈ ਨਹੀਂ ਕਰ ਪਾਉਣਗੇ। ਐਸ ਪੀ ਪੀ ਦੇ ਵਾਂਗ ਐਸ ਡੀ ਐਸ ਵਿੱਚ ਕੋਈ ਕਾਲਜਾਂ ਯੂਨੀਵਰਸਿਟੀਆਂ ਦੇ ਇੱਕ ਸੀਮਿਤ ਨੰਬਰ ਨਹੀਂ ਹੈ। ਹਰ ਇੱਕ ਕਾਲਜ ਔਰ ਯੂਨੀਵਰਸਿਟੀ, ਚਾਹੇ ਉਹ ਪ੍ਰਾਈਵੇਟ ਹੈ, ਚਾਹੇ ਉਹ ਸਰਕਾਰੀ ਹੈ, ਚਾਹੇ ਉਹ ਕਾਲਜ ਹੈ, ਚਾਹੇ ਉਹ ਯੂਨੀਵਰਸਿਟੀ ਹੈ, ਉਹ ਐਸ ਡੀ ਐਸ ਦੇ ਅੰਦਰ ਆਟੋਮੈਟਿਕਲੀ ਆ ਜਾਂਦਾ ਹੈ ਅਗਰ ਉਹਦੇ ਕੋਲ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦਾ ਨੰਬਰ ਹੈ। ਮਤਲਬ ਅਗਰ ਉਹ ਇੰਟਰਨੈਸ਼ਨਲ ਸਟੂਡੈਂਟ ਰਿਕਰੂਟ ਕਰ ਸਕਦਾ ਹੈ ਤਾਂ ਉਹ ਐਸ ਡੀ ਐਸ ਹੈ। ਐਸ ਪੀ ਪੀ ਵਾਂਗ ਇਹ ਨਹੀਂ ਕਿ 47 ਕਾਲਜਾਂ ਨੂੰ ਹੀ ਪ੍ਰੈਫਰੈਂਸ ਦਿੱਤੀ ਜਾਊਗੀ ਜਾਂ ਜਿਹਨੂੰ ਵੀ ਨੰਬਰ ਸੀ ਉਹਨਾਂ ਨੂੰ ਹੀ ਪ੍ਰੈਫਰੈਂਸ ਦਿੱਤੀ ਜਾਊਗੀ ਔਰ ਉਹਨਾਂ 'ਚ ਅਗਰ ਕੇਸ ਲੱਗੂਗਾ ਤਾਂ ਉਹ ਐਸ ਪੀ ਪੀ ਅੰਦਰ ਲੱਗੂਗਾ। ਐਸ ਡੀ ਐਸ ਫੋਕਸ ਹੁਣ ਸ਼ਿਫਟ ਹੋ ਗਿਆ ਕਾਲਜ ਔਰ ਯੂਨੀਵਰਸਿਟੀ ਤੋਂ ਸਟੂਡੈਂਟ ਵੱਲ। ਪਹਿਲੇ ਬੱਚਾ ਅਪਲਾਈ ਕਰਦਾ ਸੀ ਐਸ ਪੀ ਪੀ ਕਾਲਜ ਦੇ ਵਿੱਚ, ਹੁਣ ਅਗਰ ਬੱਚਾ 6 ਬੈਂਡ ਦੇ ਨਾਲ ਅਪਲਾਈ ਕਰੂਗਾ, 6 ਈਚ ਬੈਂਡ ਦੇ ਨਾਲ ਅਪਲਾਈ ਕਰੂਗਾ ਔਰ ਸਾਲ ਦੀ ਫੀਸ ਪੇ ਕਰੂਗਾ ਤਾਂ ਹੀ ਉਹਦੀ ਐਪਲੀਕੇਸ਼ਨ ਐਸ ਡੀ ਐਸ ਫਾਸਟ ਪ੍ਰੋਸੈਸਿੰਗ ਵਿੱਚ ਕੰਸਿਡਰ ਹੋਊਗੀ, ਨਹੀਂ ਤਾਂ ਉਹਦੀ ਐਪਲੀਕੇਸ਼ਨ ਨੋਨ ਐਸ ਡੀ ਐਸ ਵਿੱਚ ਕੰਸਿਡਰ ਹੋਊਗੀ। ਹੁਣ ਫੋਰ ਐਗਜ਼ਾਮਪਲ ਸ਼ੈਰਡਨ ਕਾਲਜ ਐਗਜ਼ਾਮਪਲ ਦੇ ਰਹੇ ਹਾਂ, ਹਜੇ ਕਾਲਜਿਸ ਨੇ ਕੁਛ ਅਨਾਊਂਸਮੈਂਟ ਨਹੀਂ ਕੀਤੀ ਹੈ, ਓਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਹੈ, ਜਾਂ ਡੋਰਮ ਕਾਲਜ ਦੀ ਗੱਲ ਕਰ ਲਈਏ, ਫੋਰ ਐਗਜ਼ਾਮਪਲ ਡੋਰਮ ਕਾਲਜ ਐਸ ਡੀ ਐਸ ਦੇ ਅੰਦਰ ਰਹੇਗਾ ਜਾਂ ਸ਼ੈਰਡਨ ਐਸ ਡੀ ਐਸ ਅੰਦਰ ਰਹੇਗਾ, ਅਗਰ ਬੱਚੇ ਦੀ ਪ੍ਰੋਫਾਈਲਿੰਗ 6 ਈਚ ਹੈ ਔਰ ਉਹ ਸਾਲ ਦੀ ਫੀਸ ਪੇ ਕਰ ਰਿਹਾ ਤਾਂ ਉਹਦੀ ਡੋਰਮ ਦੇ ਅੰਦਰ ਐਪਲੀਕੇਸ਼ਨ ਲੱਗੂਗੀ ਐਸ ਡੀ ਐਸ ਦੇ ਅੰਦਰ। ਪਰ ਅਗਰ ਉਹਦੀ ਪ੍ਰੋਫਾਈਲਿੰਗ 6 ਈਚ ਨਹੀਂ ਹੈ, ਫੋਰ ਐਗਜ਼ਾਮਪਲ 6 ਹੈ, 1 ਵਿੱਚ 5.5 ਰਹਿ ਗਏ, 2 ਵਿੱਚ 5.5 ਰਹਿ ਗਏ, ਔਰ ਡੁਰਮ ਕਾਲਜ ਅਗਰ ਨੋਨ ਐਸ ਡੀ ਐਸ ਔਫਰ ਦੇਣ ਲਈ ਰਾਜ਼ੀ ਹੋ ਜਾਂਦਾ ਹੈ ਜਾਂ ਸ਼ੈਰਡਨ ਕਾਲਜ ਰਾਜ਼ੀ ਹੋ ਜਾਂਦਾ ਹੈ ਜਾਂ ਹੰਬਰ ਰਾਜ਼ੀ ਹੋ ਜਾਂਦਾ ਹੈ ਤਾਂ ਉਹਦੀ ਫਾਈਲ ਨੋਨ ਐਸ ਡੀ ਐਸ ਦੇ ਅੰਦਰ ਲੱਗ ਸਕਦੀ ਹੈ, ਪ੍ਰੋਵਾਈਡਡ ਜਿਹੜਾ ਪ੍ਰੋਵਾਈਡਰ ਹੈ, ਕਾਲਜ ਹੈ, ਯੂਨੀਵਰਸਿਟੀ ਹੈ, ਇੰਸਟੀਟਿਊਸ਼ਨ ਹੈ, ਉਹ ਔਫਰ ਲੈਟਰ ਜ਼ਰੂਰ ਦੇਵੇ। ਐਸ ਡੀ ਐਸ ਨਾਲ ਨੋਨ ਐਸ ਡੀ ਐਸ ਦੇ ਨਾਲ ਸਾਨੂੰ ਵਰਕ ਪਰਮਿਟ ਦੀ ਪੋਲਿਸੀਜ਼ ਵਿੱਚ ਕੋਈ ਵੀ ਚੇਂਜ ਨਜ਼ਰ ਹੁੰਦਾ ਨਹੀਂ ਆ ਰਿਹਾ। ਸੋ ਨੋਨ ਐਸ ਡੀ ਐਸ ਦੇ ਵਿੱਚ ਬੱਚਾ ਇੱਕ ਸਮੈਸਟਰ ਦੀ ਫੀਸ ਵੀ ਪੇ ਕਰ ਸਕਦਾ? ਨੋਨ ਐਸ ਡੀ ਐਸ ਦੇ ਵਿੱਚ ਇੱਕ ਸਮੈਸਟਰ ਦੀ ਫੀਸ ਵੀ ਪੇ ਕਰ ਸਕਦਾ ਹੈ। ਜੋ ਪੋਲਿਸੀਜ਼ ਨੋਨ ਐਸ ਪੀ ਪੀ ਵਿੱਚ ਸੀਗੀਆਂ ਉਹ ਬੇਸਿਕਲੀ ਨੋਨ ਐਸ ਡੀ ਐਸ ਵਿੱਚ ਬਣ ਜਾਣਗੀਆਂ। ਜਿਵੇਂ ਕਿ ਨੋਨ ਐਸ ਪੀ ਪੀ ਵਿੱਚ ਵੀ ਵੀਜ਼ਾ ਕਢਵਾਉਣਾ ਮੁਸ਼ਕਿਲ ਸੀ, 50% ਵੀਜ਼ਾ ਸਕਸੈਸ ਰੇਟ ਰਹਿੰਦਾ ਸੀ, ਉੱਦਾਂ ਲੱਗਦਾ ਹੈ, ਮੈਂ ਯਕੀਨ ਦੇ ਨਾਲ ਇਹ ਗੱਲ ਨਹੀਂ ਕਹਿ ਰਿਹਾ, ਨਾ ਹੀ ਹੈ ਕੋਈ ਸੂਤਰਾਂ ਵੱਲੋਂ ਇਨਫੋਰਮੇਸ਼ਨ ਆਈ ਹੈ, ਪਰ ਲੱਗਦਾ ਹੈ ਕਿ ਨੋਨ ਐਸ ਡੀ ਐਸ ਦੇ ਵਿੱਚ ਵੀ ਵੀਜ਼ਾ ਅਪਰੂਵਲ ਰੇਟ ਘੱਟ ਹੀ ਰਹੇਗਾ ਐਜ਼ ਕੰਪੇਅਰ ਟੂ ਐਸ ਡੀ ਐਸ। ਜੇ ਉਹਨਾਂ ਨੇ ਬਾਈਫਰਕੇਸ਼ਨ ਕੀਤੀ ਹੈ ਤਾਂ ਇਸੇ ਕਰਕੇ ਕੀਤੀ ਹੈ ਕਿ ਕੁਛ ਐਪਲੀਕੇਸ਼ਨਸ ਨੂੰ ਪਹਿਲ ਦੇ ਆਧਾਰ 'ਤੇ ਪ੍ਰੋਸੈਸ ਕੀਤਾ ਜਾਵੇ, ਪ੍ਰਾਇਰਟੀ ਦਿੱਤੀ ਜਾਵੇ, ਅਤੇ ਕੁਛ ਐਪਲੀਕੇਸ਼ਨਸ ਨੂੰ
ਠੰਡੇ ਬਸਤੇ 'ਚ ਪਾ ਦਿੱਤਾ ਜਾਵੇ ਔਰ ਆਰਾਮ ਦੇ ਨਾਲ ਪ੍ਰੋਸੈਸ ਕੀਤਾ ਜਾਵੇ ਔਰ ਵੀਜ਼ਾ ਉੱਦਾਂ ਨਾ ਦਿੱਤਾ ਜਾਵੇ ਕਿਉਂਕਿ ਨੰਬਰ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਹੈ ਹਿੰਦੁਸਤਾਨ 'ਚੋਂ ਵੀ ਲਗਭਗ ਹਜ਼ਾਰਾਂ ਦੀ ਤਾਦਾਦ ਵਿੱਚ ਵਿਦਿਆਰਥੀਆਂ ਨੇ 2017 ਵਿੱਚ ਅਪਲਾਈ ਕੀਤਾ, ਲੱਖ ਦੇ ਆਸ ਪਾਸ, ਜੋ ਕਿ ਕਿਸੇ ਨਿਊਜ਼ ਆਰਟੀਕਲ ਦੀ ਇਨਫੋਰਮੇਸ਼ਨ ਸੀ ਕਿ 1 ਲੱਖ ਬੱਚਿਆਂ ਨੇ ਹਿੰਦੁਸਤਾਨ 'ਚੋਂ ਹੀ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਔਰ ਉਹਨਾਂ ਨੂੰ ਅਪਰੂਵਲ ਮਿਲੀ। ਸੋ ਇਸ ਲਈ ਨੰਬਰਸ ਬਹੁਤ ਵੱਧ ਰਹੇ ਹੈ, ਉਹਨੂੰ ਮੈਨੇਜ ਕਰਨ ਲਈ, ਕੰਟਰੋਲ ਕਰਨ ਲਈ ਇਹ ਚੇਂਜਸ ਲੈ ਕੇ ਆਈਆਂ ਜਾ ਰਹੀਆਂ ਹੈ ਤਾਂ ਕਿ ਸਟੂਡੈਂਟ ਉੱਥੇ ਜਾ ਕੇ ਇੱਕ ਕੈਨੇਡਾ ਦਾ ਐਕਸਪੀਰੀਅੰਸ ਲੈ ਸਕੇ, ਇੱਕ ਕੈਨੇਡੀਅਨ ਐਜੂਕੇਸ਼ਨ ਨੂੰ ਕੈਨੇਡੀਅਨ ਤਰੀਕੇ ਨਾਲ ਹਾਸਲ ਕਰ ਸਕੇ। ਸੋ ਇਸ ਲਈ ਆਪਾਂ ਵੈਲਕਮ ਕਰਦੇ ਹਾਂ ਇਸ SDS ਰੂਲਸ ਦਾ, ਪਰ ਐਟ ਦ ਸੇਮ ਟਾਈਮ ਹੁਣ ਬੱਚਿਆਂ ਨੂੰ ਆਪਣਾ ਲੈਵਲ ਰੇਜ਼ ਕਰਨਾ ਪਏਗਾ ਕੈਨੇਡਾ ਦੇ ਲੈਵਲ ਨੂੰ ਮੈਚ ਕਰਨ ਦੇ ਲਈ। ਜਿਹੜੇ ਬੱਚੇ ਇਹ ਸੋਚ ਰਹੇ ਆ ਕਿ ਜੀ ਮੇਰੇ ਤਾਂ 6 ਬੈਂਡ ਆ ਗਏ, ਮੈਂ ਤਾਂ ਬਹੁਤ 2-3 ਵਾਰੀ ਇਗਜ਼ਾਮ ਦੇ ਕੇ 6 ਹਾਸਲ ਕੀਤੇ ਹੈ, ਹੁਣ ਮੇਰੇ 6 ਈਚ ਨਹੀਂ ਆ ਸਕਦੇ, ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਬੱਚਿਆਂ ਲਈ ਕੈਨੇਡਾ ਜਾਣਾ ਸ਼ਾਇਦ ਇੱਕ ਸੁਪਨਾ ਬਣ ਕੇ ਹੀ ਰਹਿ ਜਾਵੇ। ਪਲੱਸ 2 ਵਾਲਿਆਂ ਲਈ 6 ਈਚ ਦੀ ਰਿਕੁਆਇਰਮੈਂਟ ਹੈ, ਜਿਹੜੇ ਬੱਚੇ ਗ੍ਰੈਜੂਏਟ ਹੈ ਉਹਨਾਂ ਲਈ ਵੀ ਸੇਮ ਕੀ ਰਹੇਗੀ? ਸੇਮ ਹੀ ਰਹੇਗੀ, ਯਾਨੀ 6 ਈਚ ਓਵਰਆਲ, 6.5 ਈਚ 6। ਦੇਖੋ 6 ਈਚ ਲੈਣਾ ਤਾਂ ਬਹੁਤ ਮੁਸ਼ਕਿਲ ਹੈ, ਜਿਹਦੇ 6 ਈਚ ਆਉਂਦੇ ਉਹਦੇ ਯੂਜੂਅਲੀ 6.5 ਆ ਹੀ ਜਾਂਦੇ, ਜਿਹਨੂੰ 10% ਬੱਚੇ ਇਹੋ ਜਿਹੇ ਹੁੰਦੇ ਜਿਹਨਾਂ ਦੇ 6 ਈਚ ਆਉਂਦੇ ਔਰ ਓਵਰਆਲ ਵੀ 6 ਹੀ ਰਹਿ ਜਾਂਦੇ ਆ, 90% ਜਿਹੜੇ 6 ਈਚ ਲੈਂਦੇ ਉਹ 6.5 ਵੀ ਲੈ ਲੈਂਦੇ ਆ। ਸੋ ਅੰਡਰ ਗ੍ਰੈਜੂਏਟ ਔਰ ਪੋਸਟ ਗ੍ਰੈਜੂਏਟ ਦੀ ਰਿਕੁਆਇਰਮੈਂਟ SDS ਦੇ ਅਧੀਨ ਇਹੀ ਰਹੇਗੀ। ਸੋ ਇਸ ਲਈ ਹੁਣ ਬਿਹਤਰ ਉਹੀ ਰਹੇਗਾ ਕਿ ਜਿੰਨਾ ਕਾਲਜਾਂ ਔਰ ਵਿਦਿਆਰਥੀਆਂ ਨੇ ਆਇਲਟਸ ਕਰਨੀ ਹੈ ਉਹਨਾਂ ਇੰਸਟੀਚਿਊਟਸ ਵਿੱਚ ਕੀਤੀ ਜਾਵੇ ਜਿੱਥੇ ਇੰਗਲਿਸ਼ ਫਾਊਂਡੇਸ਼ਨ ਉੱਪਰ ਵੀ ਸਟ੍ਰੈਸ ਦਿੱਤਾ ਜਾਂਦਾ ਹੈ, ਜਿੱਥੇ ਗ੍ਰਾਮਰ ਪੜ੍ਹਾਈ ਜਾਂਦੀ ਹੈ, ਜਿੱਥੇ ਇੰਗਲਿਸ਼ ਸਿਖਾਈ ਜਾਂਦੀ ਹੈ, ਕਿਉਂਕਿ ਓਵਰਆਲ 7 ਬੈਂਡ ਆ ਗਏ, 1 ਵਿੱਚ ਵੀ 5.5 ਰਹਿ ਗਿਆ ਅਤੇ ਔਫਰ ਸ਼ਾਇਦ ਮਨਪਸੰਦ ਕਾਲਜ ਵਿੱਚੋਂ ਨਾ ਆ ਸਕੇ। ਇਸ ਕਰਕੇ ਆਇਲਟਸ ਉੱਪਰ ਸਾਨੂੰ ਸਟ੍ਰੈਸ ਦੇਣਾ ਪਏਗਾ। ਜਿਹੜੇ ਬੱਚੇ 2018 ਵਿੱਚ ਆਪਣੀ 12ਵੀਂ ਕਰਕੇ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਸਨ ਜਾਂ ਗ੍ਰੈਜੂਏਸ਼ਨ ਤੋਂ ਬਾਅਦ, ਉਹਨਾਂ ਨੂੰ ਹੁਣੇ ਤੋਂ ਹੀ ਆਪਣੀ ਆਇਲਟਸ ਜਾਂ ਇੰਪਰੂਵਮੈਂਟ ਦੀ ਵੱਲ ਕੋਸ਼ਿਸ਼ ਕਰਨੀ ਪਏਗੀ। ਸੋ ਉਹਦੇ ਲਈ ਉਹ ਇੰਸਟੀਚਿਊਟਸ ਜੁਆਇਨ ਕਰੋ ਜਿਹੜੇ ਘੱਟ ਤੋਂ ਘੱਟ 6-8 ਘੰਟੇ ਦੇ ਬੈਚ ਕਰਾਉਂਦੇ ਆ, ਉਹ ਇੰਸਟੀਚਿਊਸ਼ਨ ਜੁਆਇਨ ਕਰੋ ਜਿਹੜੇ ਹਰ ਰੋਜ਼ ਦਾ 1-2 ਘੰਟੇ ਗ੍ਰਾਮਰ ਔਰ ਇੰਗਲਿਸ਼ ਉੱਪਰ ਐਮਫੋਸਿਸ ਦਿੰਦੇ ਆ। ਪਿਰਾਮਿਡ ਈ ਸਰਵਿਸਿਸ ਵੀ ਤੁਹਾਡੀ ਮਦਦ ਕਰ ਸਕਦਾ ਹੈ। ਜਲੰਧਰ, ਲੁਧਿਆਣਾ, ਬਠਿੰਡਾ ਔਰ ਮੋਗੇ ਵਿੱਚ ਸਾਡੇ ਆਇਲਟਸ ਦੇ ਸੈਂਟਰਸ ਚੱਲ ਰਹੇ ਹੈ ਜਿਹਦੇ ਵਿੱਚ 6-8 ਘੰਟੇ ਦਾ ਬੈਚ ਕਰਾਇਆ ਜਾਂਦਾ ਹੈ, ਗ੍ਰਾਮਰ ਕਰਵਾਈ ਜਾਂਦੀ ਹੈ ਔਰ ਸਾਡੇ ਜਿਹੜੇ ਰਿਜ਼ਲਟਸ ਹੈ ਬਹੁਤ ਅੱਛੇ ਹੈ। ਆਈ ਬ੍ਰਿਟਿਸ਼ ਕੌਂਸਲ ਦੇ ਵੀ ਹੈਵ ਬਿਨ ਅਪੁਆਇੰਟਡ ਸਿਲੈਕਟਡ ਐਜ਼ ਅ ਪਲੈਟਨਮ ਮੈਂਬਰ। ਸੋ ਉਹਦੇ ਕਰਕੇ ਤੁਹਾਨੂੰ ਐਡਵਾਂਟੇਜਸ ਮਿਲ ਸਕਦੇ ਹੈ, BC ਐਂਡ IDP ਸਰਟੀਫਾਈਡ ਟ੍ਰੇਨਰਸ ਹੋਣ ਕਰਕੇ, IDP ਔਰ BC ਦਾ ਨੋਡਲ ਸੈਂਟਰ ਹੋਣ ਕਰਕੇ ਤੁਹਾਨੂੰ ਵਨ ਸਟੋਪ ਸ਼ੋਪ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਜੀ ਸੁਮਿਤ ਸਾਹਿਬ, ਆਪਾਂ ਗੱਲ ਕਰ ਰਹੇ ਸੀ 6 ਓਵਰਆਲ, ਨੋਨ ਲੈਸ 5.5, ਜਿਵੇਂ ਨੋਨ SPP ਦੇ ਵਿੱਚ 5.5 ਮਿੰਟ 'ਤੇ ਫਾਈਲ ਲੱਗਦੀ ਸੀ, ਉਵੇਂ ਹੁਣ ਨੋਨ SDS ਦੇ ਵਿੱਚ 6 ਮਿੰਟ 'ਤੇ ਫਾਈਲ ਲੱਗ ਜਾਏਗੀ ਨੋਨ ਲੈਸ 5.5 'ਤੇ? ਉਸ ਵੇਲੇ ਵੀ ਆਪਾਂ ਮਨਾ ਕਰਦੇ ਸੀ, ਹੁਣ ਵੀ ਇਹੀ ਕਹਾਂਗੇ ਕਿ 5.5 ਬੈਂਡ 'ਤੇ ਜਾਂ ਵਿਦਆਊਟ ਆਇਲਟਸ 'ਤੇ ਬੇਸਿਕਲੀ ਬੇਵਕੂਫ ਬਣਾਉਣ ਵਾਲੀ ਗੱਲ ਹੈ। ਕੁਛ 5-7 ਪ੍ਰਾਈਵੇਟ ਕਾਲਜਾਂ ਨਾਲ ਟਾਈ ਅਪ ਕੀਤਾ ਹੋਇਆ, ਕੁਛ 2-4 ਯੂਨੀਵਰਸਿਟੀ ਵਿੱਚ ਸਿੱਧੀਆਂ ਐਪਲੀਕੇਸ਼ਨਾਂ ਆਪਾਂ ਪਾਈ ਜਾਂਦੇ ਪਏ ਹਾਂ ਔਰ ਬੱਚਿਆਂ ਨੂੰ ਬੇਵਕੂਫ ਬਣਾਈ ਜਾਂਦੇ ਪਏ ਹਾਂ। 100-5 ਵੀਜ਼ੇ ਆ ਗਏ ਉਹਨਾਂ ਦੀ ਆਪਣੀ ਕਿਸਮਤ ਦੇ ਨਾਲ, ਉਹਨਾਂ ਦੀ ਕਾਬਲੀਅਤ ਨਾਲ ਨਹੀਂ, ਉਹਨਾਂ ਦੀ ਕਿਸਮਤ ਨਾਲ 5 ਵੀਜ਼ੇ ਆ ਗਏ, ਉਹਨਾਂ 5 ਤੋਂ ਲੱਖਾਂ ਰੁਪਏ ਚਾਰਜ ਕਰਕੇ ਆਪਾਂ ਬੱਚਿਆਂ ਨੂੰ ਭੇਜੀ ਜਾਂਦੇ ਹਾਂ। ਸੋ ਅਗਰ ਇੱਦਾਂ ਦੀ ਤੁਸੀਂ ਟ੍ਰੈਪ ਦੇ ਵਿੱਚ ਫਸਣਾ ਚਾਹੁੰਦੇ ਹੋ ਤਾਂ ਯੂ ਆਰ ਮੋਰ ਦੈਨ ਵੈਲਕਮ, ਪਰ ਲੀਗਲ ਤਰੀਕਾ ਤਾਂ ਇਹੀ ਹੈ ਕਿ ਆਪਾਂ ਇੱਕ ਆਇਲਟਸ ਦੀ ਕੰਡੀਸ਼ਨ ਨੂੰ ਕੰਪਲਾਈ ਕਰੀਏ। 1 ਫਰਵਰੀ ਨੂੰ ਹੁਣ ਕੋਈ ਜ਼ਿਆਦਾ ਸਮਾਂ ਨਹੀਂ ਬਚਿਆ ਹੈ, ਰਿਜ਼ਲਟਸ ਤੁਹਾਡੇ ਸਾਹਮਣੇ ਹੈ। ਸੋ ਜੋ ਵੀ ਹੋਏਗਾ, ਵੀ ਆਰ ਦੇਅਰ ਟੂ ਸਪੋਰਟ ਯੂ। ਔਰ ਐਟ ਦਾ ਸੇਮ ਟਾਈਮ ਮਨੀਸ਼, ਪਿਛਲੇ 6-8 ਮਹੀਨੇ ਵਿੱਚ ਪ੍ਰੋਬਲਮ ਕੀ ਆ ਰਹੀ ਸੀ ਕਿ ਇੱਕ ਲਾਇਕ ਬੱਚਾ ਐਡਮਿਸ਼ਨ ਨਹੀਂ ਲੈ ਪਾ ਰਿਹਾ ਸੀ ਕਿਉਂਕਿ ਬਹੁਤ ਜ਼ਿਆਦਾ ਰਸ਼ ਵੱਧ ਗਿਆ ਸੀ। ਕਾਲਜਾਂ ਕੋਲ ਸੀਟਾਂ 100 ਹੈ, ਐਪਲੀਕੇਸ਼ਨਾਂ 1000 ਹੈ। ਸੋ 100 ਬੱਚਿਆਂ ਨੂੰ ਜਿਹੜੀ ਔਫਰਾਂ ਦਿੱਤੀਆਂ ਜਾ ਰਹੀਆਂ ਸੀਗੀਆਂ, ਉਹਨਾਂ 'ਚੋਂ 50 ਬੱਚੇ ਇਹੋ ਜਿਹੇ ਸੀ ਜਿਹੜੇ ਕੇਪੇਬਲ ਨਹੀਂ ਸੀਗੇ ਵੀਜ਼ਾ ਲੈਣ ਲਈ, ਪਰ ਔਫਰ ਲੈਟਰ ਲੈ ਕੇ ਰੱਖ ਕੇ। ਹੁਣ 6 ਈਚ ਆਉਣ ਦੇ ਨਾਲ ਇੱਕ ਰਾਹਤ ਦੀ ਗੱਲ ਦੇਖੀ ਜਾ ਰਹੀ ਹੈ ਕਿ ਉਹੀ ਕਹਾਵਤ ਹੈ, ਕਹਿੰਦੇ ਹਾਫ ਗਲਾਸ ਫੁੱਲ ਕਿ ਹਾਫ ਗਲਾਸ ਐਮਟੀ। ਸੋ ਆਪਾਂ ਹਮੇਸ਼ਾ ਫੁੱਲ ਵਾਲੇ ਪਾਸੇ ਜਾਈਦਾ ਕਿ ਪੋਜ਼ਿਟਿਵ ਵਿੱਚੋਂ ਕੀ ਨਿਕਲੇਗਾ, ਕਿ ਜਿਹੜੇ ਬੱਚੇ ਲਾਇਕ ਹੈ, ਜਿਨ੍ਹਾਂ ਦੇ ਬੈਂਡ ਸਕੋਰ ਚੰਗੇ ਹੈ, ਜਿਨ੍ਹਾਂ ਦੇ ਨੰਬਰ ਚੰਗੇ ਹੈ, ਉਹਨਾਂ ਦੀ ਔਫਰ ਲੈਟਰ ਹੁਣ ਜ਼ਰੂਰ ਆ ਜਾਊਗੀ, ਉਹਨਾਂ ਦੀ ਐਡਮਿਸ਼ਨ ਹੁਣ ਜ਼ਰੂਰ ਹੋ ਜਾਊਗੀ। ਸੋ ਬਈ ਸਰ, ਆਇਲ ਸੈਂਟਰਾਂ 'ਚ ਜਾਂਦੀ ਹੋਣ ਵਾਲੀ, ਇਸ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਪਰ ਹਾਂ ਇਹ ਮੈਂ ਜ਼ਰੂਰ ਇਹਦੇ ਉੱਪਰ ਟਿੱਪਣੀ ਦੇ ਸਕਦਾ ਕਿ ਜਿਹੜਾ ਚੰਗਾ ਪੜ੍ਹਾਊਗਾ ਉਹਦੀ ਚਾਂਦੀ ਹੋਊਗੀ, ਜਿਹੜਾ ਨਹੀਂ ਚੰਗਾ ਪੜ੍ਹਾਏਗਾ ਉਹ ਖਤਮ ਹੋ ਜਾਏਗਾ, ਕਿਉਂਕਿ ਬੱਚੇ ਹੁਣ ਸਮਾਰਟ ਹੋਣਗੇ
ਉਹ ਕਾਲਜਾਂ ਯੂਨੀਵਰਸਿਟੀ ਉਹੀ ਆਈਲੈਟਸ ਸੈਂਟਰਾਂ ਵਿੱਚ ਜਾਣਗੇ ਜਿਨ੍ਹਾਂ ਵਿੱਚ ਇੰਗਲਿਸ਼ ਦਾ ਵੀ ਨਾਲ ਦੀ ਨਾਲ ਐਮਫੋਸਿਸ ਦਿੱਤੀ ਜਾਂਦੀ ਹੈ, ਗਰਾਮਰ ਵੀ ਪੜ੍ਹਾਈ ਜਾਂਦੀ ਜੀ। ਸੋ ਇਸ ਤੋਂ ਇਲਾਵਾ ਓਵਰਆਲ 6 ਬੈਂਡ, ਈਚ 6 ਬੈਂਡ ਦੀ ਰਿਕੁਆਇਰਮੈਂਟ ਤੁਸੀਂ ਦੱਸ ਦਿਓ, ਇਸ ਤੋਂ ਇਲਾਵਾ ਹੋਰ ਕੀ ਚੇਂਜਸ ਹੋਣ ਵਾਲੇ ਨੇ? ਸੋ ਇੱਕ ਸਾਲ ਦੀ ਫੀਸ 6 ਈਚ ਵੀ, ਮੈਨੂੰ ਮਨੀਸ਼ ਪਤਾ ਕੀ ਲੱਗਦਾ ਕਿ ਆਉਣ ਵਾਲੇ 2 ਸਮੈਸਟਰਾਂ ਤੱਕ ਬੱਚੇ 6 ਈਚ ਵੀ ਲੈ ਕੇ ਆ ਪਾਣਗੇ? ਪਰ ਜਿਹੜੀ ਸਾਲ ਦੀ ਫੀਸ ਕਰ ਦਿੱਤੀ ਉਹ ਮੈਨੂੰ ਥੋੜ੍ਹਾ ਜਿਹਾ ਪਿੰਚ ਕਰ ਰਹੀ ਹੈ, ਕਿਉਂਕਿ ਹਰ ਇੱਕ ਪਰਿਵਾਰ 12-13-15 ਲੱਖ ਰੁਪਈਆ ਇੱਕੋ ਯੱਕ ਮੁਸ਼ਤ ਅਫੋਰਡ ਨਹੀਂ ਕਰ ਸਕਦਾ। ਜ਼ਿਮੀਂਦਾਰੇ ਵਿੱਚ ਸਾਨੂੰ ਵੀ ਪਤਾ ਕਿੰਨੀ ਕੁ ਕਮਾਈ ਹੈ, ਯੂਨੋ ਸੋ ਜ਼ਮੀਨਾਂ ਵੇਚ ਕੇ ਜ਼ਿਮੀਂਦਾਰ ਵਿਚਾਰੇ ਅਪਲਾਈ ਕਰਦੇ ਹੈ ਅਤੇ ਅਲਟੀਮੇਟਲੀ ਮੁਸ਼ਕਿਲ ਤਾਂ ਹੁੰਦਾ ਹੀ ਹੈ। 8-10 ਲੱਖ ਰੁਪਈਆ ਤਾਂ ਕੱਢਣਾ ਤਾਂ ਵੀ ਸੌਖਾ ਸੀ, ਪਰ ਹੁਣ ਜਦੋਂ 14-15 ਲੱਖ ਰੁਪਇਆ ਕੱਢਣਾ ਪਊਗਾ, 12-14 ਲੱਖ ਰੁਪਇਆ ਕੱਢਣਾ ਪਊਗਾ, ਅਤੇ ਉਦੋਂ ਸ਼ਾਇਦ ਮੁਸ਼ਕਿਲ ਹੋਵੇ, ਅੱਗੇ ਵਿਆਜੀ ਚੱਕ ਕੇ ਪੈਸਾ ਬੱਚਿਆਂ ਨੂੰ ਬਾਹਰ ਭੇਜੀਦਾ। ਸੋ ਇਹ ਮੈਨੂੰ ਥੋੜ੍ਹਾ ਜਿਹਾ ਕੰਸਰਨ ਲੱਗ ਰਿਹਾ। ਸਰ ਇਹ ਵੀ ਸੁਣਨ ਵਿੱਚ ਆਇਆ ਕਿ ਜਿਵੇਂ ਅੰਬੈਸੀ ਦੇ ਵਿੱਚ VFS ਦੇ ਵਿੱਚ ਫਾਈਲ ਜਿਹੜੇ ਲੱਗਦੀਆਂ ਸੀ ਹਾਰਡ ਕਾਪੀ ਬਣ ਕੇ ਜਾਂਦੀ ਸੀ, ਉਹ ਵੀ ਸੁਣਨ ਵਿੱਚ ਆਇਆ ਕਿ ਹੁਣ ਆਨਲਾਈਨ ਫਾਈਲ ਸਬਮਿਟ ਹੋਵੇਗੀ ਜਿਵੇਂ ਆਸਟ੍ਰੇਲੀਆ ਵਿੱਚ ਹੁੰਦੀ ਹੈ। ਸੋ ਇਹ ਚੇਂਜਸ ਹਜੇ ਕਨਫਰਮ ਨਹੀਂ ਹੋਈਆਂ ਹੈ, ਆਨਲਾਈਨ ਹਜੇ ਵੀ ਫਾਈਲਾਂ ਲੱਗ ਰਹੀਆਂ ਹੈ, ਪਰ ਇਹ ਹਜੇ ਕਨਫਰਮ ਨਹੀਂ, ਇਹਦੀ ਕੋਈ ਵੀ ਪੁਸ਼ਟੀ ਨਹੀਂ ਆਈ ਹੈ ਕਿ ਆਨਲਾਈਨ ਯੂਨੋ ਲੱਗਣਗੀਆਂ ਜਾਂ ਪੇਪਰ ਵੀਜ਼ਾ ਲੱਗਣਗੇ। ਇਨਫੈਕਟ ਹਜੇ ਕਿਸੇ ਵੀ ਗੱਲ ਦੀ ਇਮੀਗ੍ਰੇਸ਼ਨ ਵੱਲੋਂ IRCC ਵੱਲੋਂ ਕੋਈ ਵੀ ਕਨਫਰਮੇਸ਼ਨ ਨਹੀਂ ਆਈ ਹੈ। ਇਮੀਗ੍ਰੇਸ਼ਨ ਐਂਡ ਰਿਫਿਊਜੀ ਐਂਡ ਕੈਨੇਡਾ ਐਕਟ ਰਾਹੀਂ ਅਜੇ ਤੱਕ ਉਹਨਾਂ ਨੇ ਕੋਈ ਵੀ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ ਹੈ, ਯੂਨੋ ਅੰਬੈਸੀ ਵੱਲੋਂ ਕੋਈ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਆਈ ਹੈ, CIC.GC.CA 'ਤੇ ਕੋਈ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਆਈ ਹੈ। ਅਗਰ ਤੁਸੀਂ SDS ਸਟੂਡੈਂਟ ਵੀਜ਼ਾ ਇਨ ਕੈਨੇਡਾ ਜਾਂ SDS ਵੀਜ਼ਾ ਇਨ ਕੈਨੇਡਾ ਗੂਗਲ 'ਤੇ ਵੀ ਸਰਚ ਕਰਦੇ ਹੋ ਤਾਂ ਕੋਈ ਵੀ ਅਫੀਸ਼ੀਅਲ ਡਾਕੂਮੈਂਟ ਨਹੀਂ ਆਇਆ ਹੈ। ਇੱਕੋ ਡਾਕੂਮੈਂਟ ਅਵੇਲੇਬਲ ਹੈ ਜਿਸ ਦੇ ਮੁਤਾਬਿਕ ਫਿਲੀਪੀਨਸ ਵਿੱਚ July 2017 ਵਿੱਚ ਇਹ ਪੋਲਿਸੀ ਇੰਪਲੀਮੈਂਟ ਹੋ ਗਈ ਸੀ, ਹੁਣ ਹਿੰਦੁਸਤਾਨ ਵਿੱਚ ਹੋਣ ਜਾ ਰਹੀ ਹੈ, ਇਸ ਬਾਰੇ ਯੂਨੋ 2-4 ਦਿਨਾਂ ਤੱਕ ਪੁਸ਼ਟੀ ਆ ਜਾਏਗੀ ਜੀ। ਸੋ GIC ਦੀ ਗੱਲ ਕਰ ਲਈਏ, GIC ਵੀ ਕਿਹਾ ਜਾਂਦਾ ਸੀ ਕਿ GIC ਮੈਂਡੇਟਰੀ, GIC ਦੇ ਵਿੱਚ ਕੋਈ ਚੇਂਜ ਨਹੀਂ ਹੈ, GIC ਤਾਂ ਆਲਰੇਡੀ ਮੈਂਡੇਟਰੀ ਸੀ ਆਲਰੇਡੀ, ਬਟ ਬਹੁਤ ਸਾਰੇ ਬੱਚੇ ਫੰਡ ਸ਼ੋਅ ਕਰਕੇ ਵੀ ਜਾਂਦੇ ਸੀ, ਆਪਣੀ ਲੋਨ ਲੈਟਰ ਲਾ ਕੇ ਵੀ ਜਾਂਦੇ SPP ਵਿੱਚ ਜੀ। ਸੋ ਹੁਣ SPP ਵਿੱਚ GIC ਮੈਂਡੇਟਰੀ ਸੀ, ਨਾਨ SPP ਦੇ ਵਿੱਚ ਬੱਚੇ ਫੰਡ ਸ਼ੋਅ, ਨਾਨ SDS ਦੇ ਵਿੱਚ GIC ਬੱਚਾ ਨਾ ਪੇ ਕਰੇ ਕੋਈ ਗੱਲ ਨਹੀਂ, ਫੰਡ ਦੇ ਵਿੱਚ ਜਾ ਸਕਦੇ ਜੀ। ਜੋ ਇਹ ਤੁਸੀਂ ਕੈਨੇਡਾ ਦੀ ਗੱਲ, ਸੋ SPP ਦੀ ਜਗ੍ਹਾ SDS ਆ ਗਿਆ, ਨੋਨ SPP ਜਨਰਲ ਦੀ ਜਗ੍ਹਾ ਉਮੀਦ ਕੀਤੀ ਜਾ ਰਹੀ ਹੈ ਨੋਨ SDS ਆਏਗਾ, ਪਰ ਇਹ 'ਚ ਦੇਖਣ ਦੀ ਲੋੜ ਇਹ ਰਹੇਗੀ ਕਿ ਕੀ ਕਾਲਜ ਨੋਨ SDS ਵਿਦਿਆਰਥੀਆਂ ਨੂੰ ਆਫਰ ਦੇਣਗੇ ਜਾਂ ਨਹੀਂ ਦੇਣਗੇ। ਜੇ ਤਾਂ ਆਫਰ ਦੇਣਗੇ ਤਾਂ ਫਿਰ ਮੈਨੂੰ ਕੋਈ ਲੰਬਾ ਚੌੜਾ ਇਹਦੇ ਵਿੱਚ ਫਰਕ ਆਉਂਦਾ ਨਜ਼ਰ ਨਹੀਂ ਆ ਰਿਹਾ। ਜੇ ਆਫਰ ਨਹੀਂ ਦੇਣਗੇ ਫਿਰ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਏਗੀ ਆਪਣੇ ਆਈਲੈਟਸ ਦੇ ਬੈਂਡਸ ਨੂੰ, ਆਈਲੈਟਸ ਦੇ ਰੈਂਕ ਨੂੰ ਉੱਪਰ ਲੈ ਕੇ ਜਾਣ ਜੀ। ਸੋ ਕੈਨੇਡਾ ਸੰਬੰਧੀ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ 92563 ਨੰਬਰ 'ਤੇ ਕਾਲ ਕਰ ਸਕਦੇ ਹੋ, 92563 92563 ਸੋ ਵਿੱਚ ਅਸੀਂ ਕੈਨੇਡਾ ਦੀ ਗੱਲ, ਆਸਟ੍ਰੇਲੀਆ ਦੀ ਗੱਲ ਕਰ ਲਈਏ। ਆਸਟ੍ਰੇਲੀਆ ਦੇ ਰਿਜ਼ਲਟਸ ਕਿਵੇਂ ਦੇ ਆ ਰਹੇ ਨੇ? ਕਿਉਂਕਿ ਜਦੋਂ ਰੂਲ ਚੇਂਜ ਹੋਏ ਸੀ ਅਸੈਸਮੈਂਟ ਲੈਵਲ 3-2 ਦੇ ਵਿੱਚ ਆਪਾਂ ਆਏ ਤਾਂ ਹਰ ਇੱਕ ਨੇ ਝੰਡਾ ਚੁੱਕ ਲਿਆ ਆਸਟ੍ਰੇਲੀਆ ਦਾ ਕਿ ਆਸਟ੍ਰੇਲੀਆ ਵੀਜ਼ੇ ਆ ਜਾਣਗੇ, ਪਰ ਹੁਣ ਰਿਜ਼ਲਟ ਟਾਈਮ ਆ, ਕੋਈ ਕੰਸਲਟੈਂਟ ਸਾਹਮਣੇ ਨਹੀਂ ਆ ਰਿਹਾ ਆਸਟ੍ਰੇਲੀਆ ਦੇ ਵੀਜ਼ੇ ਲੈ ਕੇ, ਕੀ ਵੀਜ਼ੇ ਨਹੀਂ ਹੈ? ਮਨੀਸ਼ ਮੇਰੇ ਖਿਆਲ ਨਾਲ, ਮੈਨੂੰ ਨਹੀਂ ਪਤਾ ਤੁਸੀਂ ਸਾਡੀ ਫੇਸਬੁੱਕ ਨੂੰ ਵਾਚ ਕਰਦੇ ਹੋ ਕਿ ਨਹੀਂ ਕਰਦੇ, ਆਪਾਂ ਰੀਸੈਂਟਲੀ ਯੂਨੋ ਸ਼ੇਅਰ ਕੀਤਾ ਸੀ ਲਗਭਗ 20 ਤੋਂ ਉੱਪਰ ਬੱਚਿਆਂ ਦੇ ਵੀਜ਼ਾਸ ਪਿਛਲੇ 5-7 ਦਿਨਾਂ ਦੇ ਅੰਦਰ ਆਸਟ੍ਰੇਲੀਆ ਦੇ। ਸੋ ਵੀਜ਼ਾਸ ਆ ਰਹੇ ਹੈ, ਡਿਪਲੋਮਾਸ ਦੇ ਵੀ ਆ ਰਹੇ ਹੈ, ਪਰ ਮੈਂ ਇਹੀ ਸੁਜੈਸਟ ਕਰੂੰਗਾ ਕਿ ਡਿਗਰੀ ਵਾਲੇ ਵਿਦਿਆਰਥੀ ਹੀ ਆਪਣਾ ਕੇਸ ਅਪਲਾਈ, ਡਿਗਰੀ ਲਈ ਹੀ ਆਪਣਾ ਕੇਸ ਅਪਲਾਈ ਕਰੋ, ਕਿਉਂਕਿ ਜੇ ਡਿਗਰੀ ਲਈ ਅਪਲਾਈ ਕਰਦੇ ਹੋ ਤਾਂ ਅੱਗੇ ਤੁਹਾਨੂੰ ਵਰਕ ਵੀਜ਼ਾ ਵੀ ਮਿਲਦਾ ਹੈ, ਪੋਸਟ ਸਟੱਡੀ ਵਰਕ ਮਿਲਦਾ ਹੈ, PR ਦੀ ਓਪਰਚੁਨਿਟੀਜ਼ ਬਣਦੀਆਂ ਹੈ। ਆਸਟ੍ਰੇਲੀਆ ਬਾਰੇ ਕੁਝ ਇੰਪੋਰਟੈਂਟ ਡਿਸਕਸ਼ਨਸ ਮੈਂ ਤੁਹਾਡੇ ਸਾਰਿਆਂ ਨਾਲ ਕਰਨਾ ਚਾਹਾਂਗਾ। ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਅਗਲਾ 5-7 ਮਿੰਟ ਜਿਹੜੀ ਮੈਂ ਜਾਣਕਾਰੀ ਦੇਣ ਜਾ ਰਿਹਾ ਉਹ ਬਹੁਤ ਹੀ ਇੰਪੋਰਟੈਂਟ ਰਹੇਗੀ ਤੁਹਾਡੇ ਆਸਟ੍ਰੇਲੀਆ ਦੇ ਕਾਲਜ ਔਰ ਯੂਨੀਵਰਸਿਟੀ ਨੂੰ ਚੂਜ਼ ਕਰਨ ਦੇ ਵਿੱਚ। ਸੋ ਪਹਿਲੀ ਗੱਲ ਤਾਂ, ਜੇ 12ਵੀਂ ਤੁਸੀਂ ਕੀਤੀ ਹੋਈ ਹੈ ਤਾਂ ਤੁਸੀਂ 2017 ਪਾਸ ਆਊਟ ਹੋਣੇ ਚਾਹੀਦੇ ਹੋ, CBSE ਬੋਰਡ ਦੇ ਸਟੂਡੈਂਟ ਹੋ ਤਾਂ 60%, ਪੰਜਾਬ ਬੋਰਡ ਦੇ ਸਟੂਡੈਂਟ ਹੋ ਤਾਂ 70% ਨੰਬਰ ਘੱਟ ਤੋਂ ਘੱਟ ਚਾਹੀਦੇ ਹੈ। ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ 2016 ਔਰ 17 ਵਾਲੇ ਵਿਦਿਆਰਥੀਆਂ ਨੂੰ ਦਾਖਲਾ ਮਿਲ ਸਕਦਾ ਹੈ, ਨੰਬਰ 55% ਘੱਟ ਤੋਂ ਘੱਟ ਚਾਹੀਦੇ ਹੈ, ਬੋਰਡ ਚਾਹੇ ਜਿਹੜਾ ਮਰਜ਼ੀ ਹੋਵੇ, ਯੂਨੀਵਰਸਿਟੀ ਚਾਹੇ ਜਿਹੜੀ ਮਰਜ਼ੀ ਹੋਵੇ। 8-12 ਬੈਕਲੋਗਸ ਐਕਸੈਪਟ ਕੀਤੀਆਂ ਜਾਣਗੀਆਂ, ਇਹ ਤੋਂ ਉੱਪਰ ਬੈਕਲੋਗਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਏਗੀ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਦੇ ਲਈ, ਯੂਨੀਵਰਸਿਟੀਜ਼ ਔਰ ਕਾਲਜਿਸ ਦੇ ਲਈ। ਇਹ ਆ ਗਏ ਨੰਬਰ ਔਰ ਬੈਂਡ ਸਕੋਰ। 12ਵੀਂ ਕੀਤੀ ਹੈ ਚਾਹੇ ਗ੍ਰੈਜੂਏਸ਼ਨ ਕੀਤੀ ਹੈ, ਐਡਵਾਈਜ਼ੇਬਲ ਹੈ ਕਿ 6 ਬੈਂਡ ਦੇ ਨਾਲ ਕੇਸ ਲਗਾਇਆ ਜਾਵੇ। ਜੇ ਤੁਹਾਡੇ 6 ਬੈਂਡ ਨਹੀਂ ਆਉਂਦੇ ਤਾਂ ਤੁਸੀਂ 12ਵੀਂ ਵਾਲੇ ਵਿਦਿਆਰਥੀ, ਡਿਪਲੋਮਾ ਲੀਡਿੰਗ ਟੂ ਡਿਗਰੀ, 5.5 ਬੈਂਡ ਕੁਝ ਕਾਲਜਿਸ ਆਫਰ ਕਰ ਰਹੇ ਹੈ, ਤੁਸੀਂ ਉਹਨੂੰ ਚੂਜ਼ ਕਰ ਸਕਦੇ ਹੋ, ਜਾਂ 5.5 ਬੈਂਡ 'ਤੇ ਐਡਵਾਂਸ ਡਿਪਲੋਮਾ ਵੀ ਚੂਜ਼ ਕਰ ਸਕਦੇ ਹੋ, ਪ੍ਰੋਵਾਈਡਡ ਨੰਬਰ ਘੱਟ ਤੋਂ ਘੱਟ 70-75% ਜ਼ਰੂਰ ਹੋਣ।
ਹੁਣ ਅਗਰ ਜਿਹੜੇ ਬੱਚੇ ਸਿੰਪਲ ਬਿਜ਼ਨਸ ਕੋਰਸਿਸ ਵਿੱਚ ਜਾ ਰਹੇ ਹੈ ਉਹਦੇ ਵਿੱਚ PR ਦੇ ਲਈ ਪੁਆਇੰਟਸ ਕਾਫੀ ਚਾਹੀਦੇ, 75-80 ਪੁਆਇੰਟ ਚਾਹੀਦੇ ਹੈ, ਜਾਂ ਤਾਂ ਆਪਾਂ ਰੀਜਨਲ 5 ਪੁਆਇੰਟ ਐਕਸਟਰਾ ਲੈ ਲਈਏ ਜਾਂ ਆਪਾਂ IT ਦੀ ਕੁਆਲੀਫਿਕੇਸ਼ਨ ਚੂਜ਼ ਕਰ ਲਈਏ ਜਿਹਦੇ ਕਰਕੇ ਸਾਡੇ ਪੁਆਇੰਟਸ ਘੱਟ ਜਾਣ। ਸੋ ਬੇਸਿਕਲੀ ਇਹ ਇੱਕ ਬਹੁਤ ਵਿਸ਼ਾਲ ਟੋਪਿਕ ਹੈ ਜਿਹਦੇ ਬਾਰੇ ਆਪਾਂ ਤੁਹਾਡੇ ਨਾਲ ਸ਼ਾਇਦ ਇਸ ਮੰਚ 'ਤੇ ਜ਼ਿਆਦਾ ਡਿਸਕਸ਼ਨ ਨਾ ਕਰ ਸਕੀ ਕਿਉਂਕਿ ਸਮੇਂ ਦੀ ਹਮੇਸ਼ਾ ਲਿਮਿਟੇਸ਼ਨ ਰਹਿੰਦੀ ਹੈ, ਪਰ ਤੁਸੀਂ ਪਿਰਾਮਿਡ E-Services ਦੇ ਆਫਿਸਿਸ ਵਿੱਚ ਕਦੀ ਵੀ ਜਾਓਗੇ ਜੇ ਤੁਹਾਨੂੰ ਆਸਟ੍ਰੇਲੀਆ ਵਿੱਚ ਉਹੀ ਕਾਲਜਿਸ ਔਰ ਯੂਨੀਵਰਸਿਟੀਜ਼ ਵਿੱਚ ਚੂਜ਼ ਕਰਨ ਦੀ ਹਿਦਾਇਤ ਦਿੱਤੀ ਜਾਏਗੀ ਜਿੱਥੇ ਪੁਆਇੰਟ ਜਿਹਨੂੰ ਤੁਹਾਨੂੰ ਲੈਣੇ ਸੌਖੇ ਹੋਣ ਪੜ੍ਹਾਈ ਤੋਂ ਬਾਅਦ, ਕਿਤੇ ਐਨ ਹੋਵੇ ਕਿ 7 ਬੈਂਡ ਈਚ ਲੈਣੇ ਪੈ ਜਾਣ, ਉਹ ਆਉਣ ਨਾ PR ਮਿਲੇ ਨਾ, ਔਰ ਬਾਅਦ 'ਚੋਂ ਪੂਰੀ ਜ਼ਿੰਦਗੀ ਪੜ੍ਹਾਈ ਕਰਦੇ ਰਹਿ ਜਾਈਏ ਪੱਕੇ ਹੋਣ ਲਈ, ਔਰ ਅਲਟੀਮੇਟਲੀ 5-7-10 ਸਾਲਾਂ ਬਾਅਦ ਇੰਡੀਆ ਮੁੜ ਕੇ ਵਾਪਸ ਆਉਣਾ ਪਵੇ। ਸੋ ਇਨਫੋਰਮੇਸ਼ਨ ਉਹੀ ਦੇਵਾਂਗੇ ਜਿਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਅੱਗੇ PR ਲੈਣੀ ਵੀ ਸੌਖੀ ਹੋਵੇ। ਸੋ ਪਿਰਾਮਿਡ E-Services ਦੇ ਬ੍ਰਾਂਚਸ ਜਲੰਧਰ ਵਿੱਚ ਹੈ, ਲੁਧਿਆਣੇ ਵਿੱਚ ਹੈ, ਮੋਗੇ ਵਿੱਚ ਹੈ, ਬਠਿੰਡੇ ਵਿੱਚ ਹੈ, ਪਟਿਆਲੇ ਵਿੱਚ ਹੈ, ਕਰਨਾਲ ਵਿੱਚ ਹੈ ਅਤੇ ਚੰਡੀਗੜ੍ਹ ਵਿੱਚ ਹੈ। ਕੈਨੇਡਾ ਵਿੱਚ ਸੇਵਾਵਾਂ ਚਾਹੁੰਦੇ ਹੋ ਤਾਂ ਬਰੈਂਪਟਨ ਕੈਨੇਡਾ ਵਿੱਚ ਵੀ ਪਿਰਾਮਿਡ E-Services ਦਾ ਆਫਿਸ ਹੈ। ਇਹ ਤੋਂ ਇਲਾਵਾ ਆਊਟਸਾਈਡ ਪੰਜਾਬ, ਆਊਟਸਾਈਡ ਨੌਰਥ, ਸਾਡਾ ਹੈਦਰਾਬਾਦ, ਕੋਚੀ ਔਰ ਅਹਿਮਦਾਬਾਦ ਵਿੱਚ ਵੀ ਆਫਿਸ ਹੈ, ਉੱਥੇ ਵੀ ਤੁਸੀਂ ਸੇਵਾਵਾਂ ਲੈ ਸਕਦੇ ਹੋ। ਇੱਕੋ ਨੰਬਰ ਹੈ 92563 92563 92563, 92563। ਈਮੇਲ ਕਰ ਸਕਦੇ ਹੋ info@pyramidesservices.com ਜਾਂ ਸਾਡੇ ਫੇਸਬੁੱਕ ਪੇਜ 'ਤੇ ਤੁਸੀਂ ਲੌਗਇਨ ਕਰ ਸਕਦੇ ਹੋ facebook.com/pyramidesservices/official। ਸੋ ਇਹ ਸਾਡਾ ਓਫਿਸ਼ੀਅਲ ਪੇਜ ਹੈ ਜਿੱਥੇ ਤੁਸੀਂ ਜਾ ਕੇ ਆਪਣੀ ਕੁਐਰੀ ਪੋਸਟ ਕਰ ਸਕਦੇ ਹੋ। ਪੇਜ ਲਾਈਕ ਕਰਕੇ ਰੈਗੂਲਰ ਪੋਸਟ ਸਾਡੀਆਂ ਤੁਸੀਂ ਵਾਚ ਕਰ ਸਕਦੇ ਹੋ, ਦੇਖ ਸਕਦੇ ਹੋ, ਔਰ ਉਹਦੇ ਰਾਹੀਂ ਆਪਣੇ ਸਟੱਡੀ ਅਬਰੋਡ ਡੈਸਟੀਨੇਸ਼ਨ ਨੂੰ ਤੁਸੀਂ ਪੂਰਾ ਕਰ ਸਕਦੇ ਹੋ। ਸੋ ਆਸਟ੍ਰੇਲੀਆ ਬਾਰੇ ਇਹ ਹੋ ਗਏ, ਉਹ ਬੱਚੇ ਜਿਹੜੇ ਡਾਇਰੈਕਟਲੀ ਅਪਲਾਈ ਕਰਨਾ ਚਾਹੁੰਦੇ ਆ ਜੁਲਾਈ ਬੈਚ ਦੇ ਲਈ, ਉਹ ਬੱਚੇ ਕੀ ਕਰਨ ਜਿਨ੍ਹਾਂ ਦੇ 5 ਬੈਂਡ ਤੋਂ ਬਾਅਦ ਵੱਧਦੇ ਹੀ ਨਹੀਂ ਪਏ, ਉਹ ਬੱਚੇ ਕੀ ਕਰਨ ਜਿਨ੍ਹਾਂ ਦੇ CBSE 'ਚ 50 ਨੰਬਰ ਰਹਿ ਗਏ ਜਾਂ 55 ਨੰਬਰ ਰਹਿ ਗਏ, ਉਹ ਬੱਚੇ ਕੀ ਕਰਨ ਜਿਨ੍ਹਾਂ ਦੇ ਪੰਜਾਬ ਬੋਰਡ 'ਚ 60 ਨੰਬਰ ਰਹਿ ਗਏ, 65 ਨੰਬਰ ਰਹਿ ਗਏ, ਪਰ ਜਾਣਾ ਚਾਹੁੰਦੇ ਆਸਟ੍ਰੇਲੀਆ, ਜਾਂ ਖਰਚਾ 3 ਸਾਲਾਂ ਦਾ ਅਫੋਰਡ ਨਹੀਂ ਕਰ ਪਾ ਰਹੇ, 6-8 ਮਹੀਨੇ ਤੱਕ ਅਰੇਂਜਮੈਂਟ ਹੋ ਜੂਗਾ ਪੈਸੇ ਦਾ, ਪਰ ਜਾਣਾ ਚਾਹੁੰਦੇ ਆਸਟ੍ਰੇਲੀਆ, ਉਹਨਾਂ ਬੱਚਿਆਂ ਲਈ ਇੱਕ ਬਹੁਤ ਹੀ ਵਧੀਆ ਸਲਿਊਸ਼ਨ ਲੈ ਕੇ ਆਏ ਹਾਂ। ਪਿਰਾਮਿਡ ਇੰਟਰਨੈਸ਼ਨਲ ਕਾਲਜ ਆਸਟ੍ਰੇਲੀਅਨ ਪਾਥਵੇ ਪ੍ਰੋਗਰਾਮ, ਜਿਸ ਦੇ ਤਹਿਤ ਤੁਸੀਂ 1 ਸਾਲ ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਪੜ੍ਹਾਈ ਕਰਦੇ ਹੋ, ਔਰ ਸੈਕਿੰਡ ਈਅਰ ਤੁਹਾਡੀ ਡਾਇਰੈਕਟ ਐਡਮਿਸ਼ਨ ਹੋ ਜਾਂਦੀ ਹੈ ਆਸਟ੍ਰੇਲੀਆ ਦੀ ਟੌਪ ਦੀ ਯੂਨੀਵਰਸਿਟੀ ਵਿੱਚ ਮੈਲਬਰਨ ਔਰ ਸਿਡਨੀ ਕੈਂਪਸ ਦੇ ਲਈ। ਸੋ ਜੇ ਤੁਸੀਂ ਡਾਇਰੈਕਟਲੀ ਅਪਲਾਈ ਕਰ ਰਹੇ ਹੋ ਤੁਹਾਨੂੰ ਇਨਟੇਕ ਮਿਲੇਗਾ ਜੁਲਾਈ, ਜੇ ਤੁਸੀਂ ਪਾਥਵੇ ਰਾਹੀਂ ਅਪਲਾਈ ਕਰ ਰਹੇ ਹੋ ਤੁਹਾਨੂੰ ਇਨਟੇਕ ਮਿਲੇਗਾ ਨਵੰਬਰ, ਜੇ ਤੁਸੀਂ ਡਾਇਰੈਕਟਲੀ ਅਪਲਾਈ ਕਰ ਰਹੇ ਹੋ ਤੁਹਾਨੂੰ ਇਨਟੇਕ ਮਿਲੇਗਾ ਜੁਲਾਈ, ਪਰ ਕਿਹੜੇ ਸਾਲ 'ਚ ਤੁਹਾਡਾ ਦਾਖਲਾ ਹੋਏਗਾ? ਪਹਿਲੇ ਸਾਲ ਦੇ ਵਿੱਚ। ਪਰ ਜੇ ਤੁਸੀਂ ਪਾਥਵੇ ਰਾਹੀਂ ਅਪਲਾਈ ਕਰ ਰਹੇ ਹੋ ਇਨਟੇਕ ਮਿਲੂਗਾ ਨਵੰਬਰ 2018, ਪਰ ਕਿਹੜੇ ਸਾਲ 'ਚ ਦਾਖਲਾ ਹੋਏਗਾ? ਦੂਜੇ ਸਾਲ ਦੇ ਵਿੱਚ। ਪਹਿਲੇ ਸਾਲ ਦੀ ਫੀਸ ਲਗਭਗ $25,000, ਰਹਿਣ ਸਹਿਣ ਦਾ ਖਰਚਾ ਮਿਲਾ ਕੇ $35,000, ਲਗਭਗ 18-20 ਲੱਖ ਰੁਪਈਆ ਤੁਹਾਡਾ ਖਰਚਾ ਆ ਜਾਂਦਾ ਹੈ, ਰਹਿਣ ਸਹਿਣ ਦਾ ਮਿਲਾ ਕੇ, ਪੜ੍ਹਾਈ ਦਾ ਮਿਲਾ ਕੇ, ਟੈਸਟਾਂ ਦਾ ਮਿਲਾ ਕੇ, ਕਿਤਾਬਾਂ ਦਾ ਮਿਲਾ ਕੇ। ਪਰ ਉਹੀ ਜੇ ਤੁਸੀਂ ਹਿੰਦੁਸਤਾਨ ਵਿੱਚ ਪਹਿਲੇ 6-8 ਮਹੀਨੇ ਪੜ੍ਹਾਈ ਕਰ ਰਹੇ ਹੋ, ਸਾਲ ਪੜ੍ਹਾਈ ਕਰ ਰਹੇ ਹੋ, ਤਾਂ ਕੁੱਲ 1.5-2 ਲੱਖ ਰੁਪਏ ਦੇ ਅੰਦਰ ਅੰਦਰ ਤੁਸੀਂ ਆਪਣਾ ਸਰਟੀਫਿਕੇਟ ਪ੍ਰੋਗਰਾਮ ਕੰਪਲੀਟ ਕਰ ਸਕਦੇ ਹੋ, ਔਰ ਤੁਹਾਨੂੰ ਕੁਆਲੀਫਿਕੇਸ਼ਨ ਮਿਲੂਗੀ ਸਰਟੀਫਿਕੇਟ ਕਾਲਜ ਬਾਏ ATMC ਕਾਲਜ, ਸਰਟੀਫਿਕੇਟ ਬਾਏ ATMC ਕਾਲਜ, ਜੋ ਕਿ ਵਰਲਡ ਵਾਈਡ ਰੈਕੋਗਨਾਈਜ਼ਡ ਰਹੇਗਾ। ਔਰ ATMC ਕਾਲਜ ਦਾ ਜਿਹੜਾ ਸਰਟੀਫਿਕੇਸ਼ਨ ਹੈ ਇਹ ਯੂਨੀਵਰਸਿਟੀ ਆਫ ਸਨਸ਼ਾਈਨ ਕੋਰਸ ਦੇ ਨਾਲ ਕੋਲੈਬਰੇਸ਼ਨ ਵਿੱਚ ਹੈ, ਜਿਹਦੇ ਰਾਹੀਂ ਤੁਸੀਂ ਅੱਗੇ ਜਾ ਕੇ ਸੈਕਿੰਡ ਈਅਰ ਇਸ ਯੂਨੀਵਰਸਿਟੀ ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰ ਸਕਦੇ ਹੋ। ਸੋ ਸਰਟੀਫਿਕੇਟ ਮਿਲ ਗਿਆ, 15 ਲੱਖ ਰੁਪਏ ਦੀ ਬੱਚਤ ਹੋ ਗਈ, ਸੈਕਿੰਡ ਈਅਰ ਤੁਸੀਂ ਸ਼ੁਰੂ ਕੀਤਾ ਔਰ ਨਵੰਬਰ ਵਿੱਚ ਸ਼ੁਰੂ ਕੀਤਾ ਔਰ ਆਪਣੇ 6-8 ਮਹੀਨੇ ਬਚਾ ਲਏ, ਵਾਟ ਐਲਸ ਡੂ ਯੂ ਨੀਡ? ਸੋ ਪਾਥਵੇ ਪ੍ਰੋਗਰਾਮ 'ਚ ਐਡਮਿਸ਼ਨ ਚਾਹੁੰਦੇ ਹੋ 92-563 92-563, ਸਿੱਧਾ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ 92-563 92-563। ਉਹ ਵਿਦਿਆਰਥੀ ਕੀ ਕਰਨ ਜਿਨ੍ਹਾਂ ਦੇ ਨੰਬਰ ਵੀ ਕੁਛ ਨਹੀਂ ਆਏ, 50% ਰਹਿ ਗਏ, ਉਹ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਆਈਲੈਟਸ ਦੇ ਹੀ ਨਹੀਂ ਪਾ ਰਹੇ, ਉਹ ਵਿਦਿਆਰਥੀ ਕੀ ਕਰਨ ਜਿਨ੍ਹਾਂ ਦਾ ਸਟੱਡੀ ਗੈਪ 5-7-10 ਸਾਲਾਂ ਦਾ ਹੋ ਚੁੱਕਾ ਹੈ? ਉਹਨਾਂ ਲਈ ਵੀ ਪਿਰਾਮਿਡ E-Services ਸਲਿਊਸ਼ਨ ਲੈ ਕੇ ਆਇਆ ਹੈ। ਹਮੇਸ਼ਾ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਹੜੇ ਵਿਦਿਆਰਥੀ ਆਪਣੇ ਵਿਦੇਸ਼ਾਂ ਵਿੱਚ ਜਾ ਕੇ ਭਵਿੱਖ ਬਣਾਉਣਾ ਚਾਹੁੰਦੇ ਹੈ ਉਹਨਾਂ ਨੂੰ ਲੀਗਲ ਤਰੀਕੇ ਨਾਲ ਸਟੱਡੀ ਵੀਜ਼ੇ 'ਤੇ ਭੇਜਿਆ ਜਾਵੇ ਔਰ ਉਹਨਾਂ ਲਈ ਇੱਕ ਨਵੇਂ ਦਰਵਾਜ਼ੇ ਓਪਨ ਹੋਣ, ਨਵੇਂ ਐਵਨਿਊਜ਼ ਓਪਨ ਹੋਣ, ਤਾਂ ਕਿ ਉਹ ਵੀ ਆਪਣੇ ਪਰਿਵਾਰ ਨੂੰ ਪ੍ਰਾਊਡ ਫੀਲ ਕਰਵਾ ਸਕਣ, ਉਹ ਵੀ ਆਪਣੇ ਪਰਿਵਾਰ ਦਾ ਨਾਮ ਉੱਚਾ ਲੈ ਕੇ ਜਾ ਸਕਣ। ਉਹਨਾਂ ਲਈ ਯੂਰੋਪੀਅਨ ਸ਼ੈਂਗਨ ਕੰਟਰੀ ਦੇ ਵੀਜ਼ਾਜ਼ ਵੀ, ਸਟੱਡੀ ਵੀਜ਼ਾਜ਼ ਵੀ ਆਪਾਂ ਲੈ ਕੇ ਆਏ ਹਾਂ। ਜਰਮਨੀ ਜਾ ਸਕਦੇ ਹੋ ਤੁਸੀਂ, ਪੋਲੈਂਡ ਜਾ ਸਕਦੇ ਹੋ, ਸਵੀਡਨ ਜਾ ਸਕਦੇ ਹੋ, ਲਾਤਵੀਆ ਵਰਗੀ ਯੂਰੋਪੀਅਨ ਕੰਟਰੀ ਦਾ ਕੁੱਲ ਖਰਚਾ 3-3.5 ਲੱਖ ਰੁਪਈਆ ਹੈ ਔਰ ਅਵਲ ਦਰਜੇ ਦੀ ਪੜ੍ਹਾਈ ਹੈ, ਬਹੁਤ ਅੱਛੀ ਕੁਆਲੀਫਿਕੇਸ਼ਨ ਹੈ, ਤੁਸੀਂ ਇਸ ਕੰਟਰੀ ਵਿੱਚ ਵਿਦਾਊਟ ਆਇਲਟਸ ਵੀ ਜਾ ਸਕਦੇ ਹੋ।
जी हाँ, तुसी यूरोप जाना चाहते हो, सिंगापुर जाना चाहते हो, साइप्रस जाना चाहते हो, तो बिना आइलेट्स दे घट खर्चे विच इन्हां कंट्रियां विच भी जाया जा सकता है। जर्मनी की रिक्वायरमेंट डेफिनेटली 5.5 or 6 बैंड रहेगी, पर टॉप दे यूनो तुसी कंपनी विच अगे उत्थे फ्यूचर बना सकते हो, एक अच्छी इंजीनियरिंग कंपनी विच तुसी उत्थे अपना दाखला लै सकते जी। सो पिरामिड सर्विसेज तो वीजा एक्सपर्ट ममनूर सिंह बेदी से गल कर रहे थे। सो समा घट है, फिर मिलेंगे, पर 9500 93 9500 93 नंबर पर कॉल कर सकते हो जेकर तुसी ऑस्ट्रेलिया स्टडी वीज़ा, कैनेडा स्टडी वीज़ा, शैनिगन दे विच जाना चाहते हो, यूरोप जाना चाहते हो, या फिर सिंगापुर साइप्रस जाना चाहते हो, पिरामिड सर्विसेज की तुसी सेवावां लै सकते हो 9500 93 9500 93 नंबर पर कॉल करके। सो ममनूर सिंह बेदी से गलबात कर रहे थे। फिलहाल आज दे लई जा चाहते हैं, फिर मिलेंगे कुछ नवी जानकारी ना, फिर से बहुत बहुत शुक्रिया जी, धन्यवाद। I'm from Jalandhar and I just want to say that I got my Canadian visa and I'm so happy. It's surreal for me. It's been almost a month jab se maine apply kiya apne visa ke liye from the Canadian visa office, and a huge thanks to Pyramid E-Services. My journey here has been so smooth. I can depend on them anytime I want to. Aur main sabko recommend karungi, if you want to go abroad for any country, contact here. I am telling you, you will be blessed. I am blessed, but I thank them so much and I'm so happy. And yeah, thank you so much. Hi, I'm Raman Dipkar from Moga, and finally I got visa after wonderful reason, so I'm very happy. You can see my visa. My friend also got a visa. I'm Prabhjit Kaur, I'm from Patiala, and I'm very happy today because I got my visa, because we both got the visa after one refusal, and so we are very happy. So you can see our visas. So thank you. Thank you, Pyramid E-Service, for providing such a good services. So thank you so much. We both are very happy. Thank you. Hey friend, my name is Lakri Singh. I am from Patiala, and I got my visa in 6 days from Pyramid E-Service. And I'm Dhrupra Bhutta from Sri Muktsar Sahib. And I got my visa in just 5 days for Janu Taker through Pyramid E-Services. So thanks to our team also. My name is Sanish Kumar and I belong to Pathankot. And today I'm here at Pyramid E-Services for my Canadian study visa. Here is my Canadian study visa. And I just got my visa in 11 days. And I'm very thankful to the whole team of Pyramid E-Services for providing me this. I am coming from Barnala. I am very thankful to Pyramid E-Service because I get my visa within 5 days, and this is of a January section visa, and I am very thankful to all of them. Hello here friends, my name is Pradeep Singh, and I am going to live in Goliyan, and my visa is 6 days, and I am going to Pyramid E-Service. My name is Prabhupada Singh and I am from Roper. I got my Canada visa in 7 days for Jan intake, and here is my visa. I am very thankful to the... Hello friends, my name is Jura Singh Kukha. I am from Moga. Today I have got my Canada study visa for January intake within 9 days. Here is my visa. I am very thankful to Pyramid E-Service. I am Singh Parmar and I am from Jalandhar. I got my Canada study visa in just 5 days. Here is my visa.